ਡਾਕਟਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਹੈ ਤਿਲਕਣ ਸ਼ਮਿੰਦਰ ਅਜੇ ਤੱਕ ਨਹੀਂ ਆਈ ਬਾਰ-ਬਾਰ ਆ ਰਿਹਾ ਹੈ ਖਿਆਲ ਅਵਤਾਰ ਦੇ ਹੱਥੋਂ ਕਿਤਾਬ ਖਿੱਚ ਲੈਂਦਾ ਹੈ ਤੇ ਕਿਤਾਬ ਮੇਜ਼ ਤੇ ਡਿੱਗ ਪੈਂਦੀ ਹੈ ਉੱਠ ਕੇ ਕਮਰੇ ਚ ਟਹਿਲਣ ਲੱਗਦਾ ਹੈ ਇਧਰੋਂ ਉਧਰੋਂ ਇਧਰ ਆਪਣੇ ਆਪ ਉਹਦਾ ਸੱਜਾ ਹੱਥ ਉੱਠਦਾ ਹੈ ਤੇ ਉਹ ਆਪਣੀ ਪੁੜਪੁੜੀ ਨੂੰ ਅੰਗੂਠੇ ਨਾਲ ਦੀ ਉਂਗਲ ਨਾਲ ਠਕੋਰਨ ਲੱਗ ਪੈਂਦਾ ਜਿਵੇਂ ਦਿਮਾਗ 'ਚ ਚੁੱਭ ਚੁੱਕਾ ਸ਼ਮਿੰਦਰ ਦਾ ਕੰਡੇ ਵਰਗਾ ਖਿਆਲ ਫੋਟਿਆਂ ਨਾਲ ਪੁੱਟ ਕੇ ਬਾਹਰ ਵਗਾ ਮਾਰਨਾ ਹੋਵੇ ਪਰ ਕੰਡਾ ਜਿਵੇਂ ਹੋਰ ਡੁੰਗੇਰਾ ਖੁੱਭ ਜਾਂਦਾ ਸ਼ਮਿੰਦਰ ਅਜੇ ਤੱਕ ਨਹੀਂ ਆਈ ਉਹ ਦਰਵਾਜ਼ੇ 'ਚ ਖੜਾ ਹੋ ਕੇ ਵਿਹੜੇ 'ਚ ਬਾਹਰ ਝਾਕਣ ਲੱਗ ਪੈਂਦਾ ਬਾਹਰ ਸਵੇਰ ਤੋਂ ਪੈਰੀ ਭੂਰ ਦਾ ਨਜ਼ਾਰਾ ਹੈ ਪਰ ਸ਼ਮਿੰਦਰ ਕਿਧਰੇ ਨਹੀਂ ਕਹਿੰਦੀ ਤਾਂ ਸੀ ਸਵੇਰੇ ਛੁੱਟੀ ਹੈ ਜ਼ਰੂਰ ਘੰਟਾ 2 ਘੰਟੇ ਉਸਕੂਲ ਪੜਨ ਲਈ ਆਏਗੀ ਪਰ 2 ਵਜਨ ਨੂੰ ਆਏ ਸ਼ਮਿੰਦਰ ਨਹੀਂ ਆਈ ਉਹਦਾ ਮਨ ਉਹਨੂੰ ਝਾੜ ਪਾਉਂਦਾ ਨਹੀਂ ਆਈ ਤਾਂ ਸਗੋ ਚੰਗਾ ਹੈ ਚੱਲ ਕੇ ਆਪਣਾ ਪੜ ਉਹ ਦਰਵਾਜ਼ੇ 'ਚੋਂ हट ਕੇ ਮੇਜ਼ ਤੋਂ ਮੁੜ ਕਿਤਾਬ ਚੁੱਕ ਲੈਂਦਾ ਹੈ। ਉਹ ਐਤਕੀ ਦੀ ਦੂਜੀ ਐਮੇ ਕਰ ਰਿਹਾ ਹੈ। ਉਸ ਲਈ ਆਪ ਪੜ੍ਹਨਾ ਜ਼ਰੂਰੀ ਵੀ ਤਾਂ ਹੈ। ਪਰ ਜਿਵੇਂ ਕਿਤਾਬ ਦਾ ਹਰ ਅੱਖਰ ਸ਼ਮਿੰਦਰ ਸ਼ਮਿੰਦਰ ਬੋਲ ਰਿਹਾ ਹੈ। ਉਹ ਖਿੱਚ ਕੇ ਮੋੜ ਉੱਠਦਾ ਹੈ। ਫਿਰ ਕਮਰੇ ਦੀ ਮਿੰਤੀ ਸ਼ੁਰੂ ਹੋ ਜਾਂਦੀ ਹੈ। ਉਹਦਾ ਮਨ ਉਹਨੂੰ ਸਿੱਖਿਆ ਦੇ ਰਿਹਾ ਹੈ। ਸ਼ਮਿੰਦਰ ਬਾਰੇ ਇੰਨਾ ਸੋਚਣ ਦੀ ਭਲਾ ਉਹਨੂੰ ਕੀ ਲੋੜ ਹੈ। ਉਹ ਕਿਹੜਾ ਕਿਤੇ ਉਹਨੂੰ ਪਿਆਰ ਕਰਦੀ ਹੈ। ਨਾਲੇ ਉਹ ਤਾਂ ਉਹਦੀ ਵਿਦਿਆਰਥਣ ਹੈ। ਸ਼ਮਿੰਦਰ ਐਤਕੀ ਹਾਇਰ ਸਕੈਂਡਰੀ ਦਾ ਇਮਤਿਹਾਨ ਦੇ ਰਹੀ ਹੈ। ਉਦੇ ਪਿਤਾ ਨਾਲ ਅਵਤਾਰ ਦੇ ਚੰਗੇ ਸੰਬੰਧ ਹੈ ਸ਼ਮਿੰਦਰ ਦੇ ਪਿਤਾ ਦੀ ਬੇਨਤੀ ਤੇ ਹੀ ਅਵਤਾਰ ਉਹਨੂੰ ਪਿਛਲੇ 1 ਮਹੀਨੇ ਤੋਂ ਘਰ ਪੜਾ ਰਿਹਾ ਹੈ। ਉਹ ਇਮਾਨਦਾਰ ਹੈ। ਸ਼ਰੀਫ ਹੈ। ਉਹਨੂੰ ਵਰਤਨਾ ਆਉਂਦਾ ਹੈ। ਇਸੇ ਲਈ ਸ਼ਮਿੰਦਰ ਦੇ ਪਿਤਾ ਨੂੰ ਵੀ ਉਸ ਤੇ ਵਿਸ਼ਵਾਸ ਹੈ ਤਾਂ ਹੀ ਉਹ ਆਪਣੀ ਲੜਕੀ ਨੂੰ ਉਸ ਕੋਲ ਇਕੱਲੀ ਪੜਨ ਭੇਜ ਦਿੰਦਾ ਹੈ। ਆਪਣੀ ਸ਼ਰਾਫਤ ਇਮਾਨਦਾਰੀ ਤੇ ਵਿਸ਼ਵਾਸ ਬਾਰੇ ਸੋਚਦਿਆਂ ਅਵਤਾਰ ਨੂੰ ਇੰਜ ਲੱਗਦਾ ਜਿਵੇਂ ਤਿੰਨ ਜਣੇ ਆਪਣੇ ਹੱਥਾਂ 'ਚ ਵੱਡਾ ਸਾਰਾ ਸ਼ੀਸ਼ਾ ਫੜ ਕੇ ਉਹਦੇ ਸਾਹਮਣੇ ਕਰ ਰਹੇ ਹੋਣ ਤੇ ਉਹਨੂੰ ਕਹਿ ਰਹੇ ਹੋਣ ਆਪਣਾ ਮੂੰਹ ਤੱਕੇ ਪਰ ਉਹਦੀ ਜ਼ਿੱਦ ਖੋਰੀ ਸੋਚ ਇਸ ਕਲਪਨਿਕ ਸ਼ੀਸ਼ੇ ਦੇ ਉੱਪਰ ਵੱਟ ਕੇ ਮੁੱਕਾ ਮਾਰਦੀ ਹੈ ਤੇ ਉਹਦੇ ਪਿੱਛੋਂ ਸ਼ਮਿੰਦਰ ਦਾ ਸੰਗ ਸ਼ਰਮ ਦੀ ਲਾਲੀ 'ਚ ਲਿਪਟਿਆ ਕੱਚ ਕੁਆਰ ਚਿਹਰਾ ਅਵਤਾਰ ਦੀਆਂ ਨਜ਼ਰਾਂ 'ਗੇ ਆ ਜਾਂਦਾ ਹੈ ਮਲੂਕੜੀ ਜੀ ਸ਼ਮਿੰਦਰ ਗੰਦਲਾਂ ਵਰਗੇ ਕੋਲੇ ਕੋਲੇ ਕੱਚੇ ਕੱਚੇ ਆਂਗ ਜਿਵੇਂ ਹੁਣੇ ਕੋਈ ਮਰੋੜ ਦੇਵੇ ਤੇ ਹੁਣੇ ਟੁੱਟ ਜਾਣੇ ਹੋਣ ਉਹਦਾ ਨਿੱਕੀ ਨਿੱਕੀ ਗੱਲ ਤੇ ਸ਼ਰਮਾ ਕੇ ਆਪਣੀਆਂ ਛਾਤੀਆਂ 'ਚ ਸਿਰ ਨਿਵਾ ਕੇ ਮੂੰਹ ਲੁਕਾਉਣ ਦੀ ਵਿਅਰਥ ਕੋਸ਼ਿਸ਼ ਕਰਨਾ ਤੇ ਅਵਤਾਰ ਦਾ ਸਰੀਰ ਜਿਵੇਂ ਮੱਘ ਉੱਠਦਾ ਹੈ ਕੀ ਉਹ ਉਹਨੂੰ ਪਿਆਰ ਨਹੀਂ ਕਰਦੀ ਪਰ ਉਹਨੂੰ ਨਫ਼ਰਤ ਵੀ ਤਾਂ ਨਹੀਂ ਕਰਦੀ ਉਹਨੂੰ ਸਧਾਰਨ ਆਦਮੀਆਂ ਵਾਂਗ ਵੀ ਤਾਂ ਨਹੀਂ ਸਮਝਦੀ ਸਧਾਰਨ ਵਿਆਪਕਾਂ ਤੋਂ ਵੱਧ ਉਹਦੀ ਇੱਜ਼ਤ ਕਰਦੀ ਹੈ ਉਹ ਆਪੇ ਸੋਚੀ ਜਾਂਦਾ ਹੈ ਸਧਾਰਨ ਆਦਮੀਆਂ ਤੇ ਸਧਾਰਨ ਅਧਿਆਪਕਾਂ ਵਾਲੀ ਇੱਜ਼ਤ ਤੋਂ ਥੋੜਾ ਜਿਹਾ ਉੱਪਰ ਵਾਲਾ ਕੁਝ-ਕੁਝ ਜ਼ਰੂਰ ਉਸ ਨਾਲ ਕਰਦੀ ਹੈ ਤੇ ਉਹ ਇਹ ਕੁਝ-ਕੁਝ ਨੂੰ ਜਿਵੇਂ ਅੱਜ ਪਿਆਰ ਤੱਕ ਪਹੁੰਚਾ ਦੇਣਾ ਚਾਹੁੰਦਾ ਪਰ ਸ਼ਮਿੰਦਰ ਅਜੇ ਤੱਕ ਨਹੀਂ ਆਈ ਉਹਨੂੰ ਆ ਜਾਣਾ ਚਾਹੀਦਾ ਸੀ ਇੰਨੀ ਉਡੀਕ ਵੀ ਭਲੰਕੀ ਆਖ ਉਡੀਕ ਦੀਆਂ ਘੜੀਆਂ ਕਿੰਨੀਆਂ ਔਖੀਆਂ ਹੁੰਦੀਆਂ ਉਹ ਸੋਚਦਾ ਪਰ ਫਿਰ ਮਨ ਨੂੰ ਤਸੱਲੀ ਦੇਣ ਲਈ ਉਹ ਕਵੀਆਂ ਦੀ ਸੋਚ ਕੇ ਉਡੀਕ ਠੀ ਅਸਲੀ ਮਜ਼ਾ ਹੁੰਦਾ ਹੈ ਬਾਰੇ ਸੋਚਦਾ ਇਹ ਖਿਆਲ ਉਹਨੂੰ ਬਕਵਾਸ ਜਿਹਾ ਲੱਗਦਾ ਹੈ ਪਿਆਰ ਚ ਡੇਕਣਾ ਮਜ਼ਾ ਨਹੀਂ ਮੁਸੀਬਤ ਹੈ ਉਹਦਾ ਮਨ ਕਹਿੰਦਾ ਹੈ ਉਹ ਫਿਰ ਦਰਵਾਜ਼ੇ 'ਚ ਜਾ ਖੜਾ ਹੁੰਦਾ ਹੈ ਸਾਹਮਣੇ ਕਾਲੀ ਸਿਆਹ ਘਟਾ ਉੱਪਰ ਉੱਠਦੀ ਆ ਰਹੀ ਹੈ ਘਟਾ ਉੱਪਰ ਲੀਆਂ ਦੋ ਬਰਾਬਰ ਦੀਆਂ ਬਦਲੀਆਂ ਘਟਾ ਦੇ ਹੇਠਾਂ ਟਕੀਆਂ ਜਾਂਦੀਆਂ ਅਵਤਾਰ ਸੋਚਦਾ ਹੈ ਜਿਵੇਂ ਸ਼ਮਿੰਦਰ ਨੇ ਆਪਣੀਆਂ ਭਰਮੀਆਂ ਛਾਤੀਆਂ ਉੱਪਰ ਸੰਘ ਕੇ ਆਪਣੀ ਕਾਲੀ ਚੁੰਨੀ ਤਾਣ ਲਈ ਹੋਵੇ ਉਹ ਆਪ ਹੀ ਆਪਣੀ ਇਸ ਤੁਲਨਾ ਤੇ ਮੁਸਕਰਾ ਪੈਂਦਾ ਆਪਣੇ ਆਪ ਨੂੰ ਕੰਦਾ ਫਿੱਟੇ ਮੂੰਹ ਤੇਰਾ ਬੱਦਲ ਹੋਰ ਗੂੜੇ ਹੁੰਦੇ ਜਾ ਰਹੇ ਐ ਕਿਣਮਣ ਹੋਰ ਤੇਜ਼ ਹੋ ਜਾਂਦੀ ਐ ਹੁਣ ਉਹ ਕਿੱਥੇ ਆਉਣ ਲੱਗੀ ਐ ਤੇ ਉਹ ਨਿਰਾਸ਼ ਜਿਹਾ ਹੋ ਕੇ ਪਲੰਗ ਤੇ ਆ ਡਿੱਗਦਾ ਹੈ ਰਜਾਈ ਖਿੱਚ ਕੇ ਉੱਪਰ ਤਾਣ ਲੈਂਦਾ ਐ ਇਹ ਬੱਦਲਾਂ ਵਾਲਾ ਦਿਨ ਇਹ ਕਿਣਮਣ ਵਾਲਾ ਦਿਨ ਤੇ ਉਹਨੂੰ ਆਪਣਾ ਆਪ ਗਰਮ ਹੁੰਦਾ ਜਾਪਦਾ ਐ ਪਲੋ ਪਲ ਵਿੱਚ ਹੀ ਜਿਵੇਂ ਉਹਨੂੰ ਬੁਖਾਰ ਹੋ ਜਾਏਗਾ ਇੱਕ ਕੰਬਣੀ ਜੀ ਉਹਦੇ ਸਰੀਰ ਨੂੰ ਆਉਂਦੀ ਐ ਉਹ ਰਜਾਈ ਠੀਕ ਤਰੰਗ ਕਰਕੇ ਉਹਨੂੰ ਚੰਗੇ ਤਰਾਂ ਘੁੱਟ ਲੈਂਦਾ ਐ ਉਦੇ ਦਿਮਾਗ ਨੂੰ ਘੂਕੇ ਜੀ ਚੜਦੀ ਜਾਂਦੀ ਹੈ ਸ਼ਮਿੰਦਰ ਦਾ ਚਿਹਰਾ ਅੱਖੀਆਂ ਸਾਹਮਣੇ ਤੇ ਫਿਰ ਬੱਦਲਾਂ ਵਾਲਾ ਦਿਨ ਕਿਣਮਣ ਵਾਲਾ ਦਿਨ ਤੇ ਸ਼ਮਿੰਦਰ ਦਾ ਚਿਹਰਾ ਹੌਲੀ-ਹੌਲੀ ਸੁਨੀਤਾ ਦਾ ਚਿਹਰਾ ਬਣ ਜਾਂਦਾ ਹੈ ਸੁਨੀਤਾ ਦੇ ਚੰਚਲ ਨੈਣ ਸੁਨੀਤਾ ਦੇ ਰਸੇ-ਰਸੇ ਹੋਠ ਜਿਨ੍ਹਾਂ ਮਾਰੇ ਉਹ ਸੋਚਦਾ ਸੀ ਵੀ ਜੇ ਕੋਈ ਇਹਨਾਂ ਹੋਠਾਂ ਨੂੰ ਚੁੰਮੇ ਤਾਂ ਉਹਨੂੰ ਮਿੱਠੇ-ਮਿੱਠੇ ਛੁਆਰੇ ਖਾਣ ਵਰਗਾ ਸਵਾਦ ਆਵੇ ਸੁਨੀਤਾ ਦਾ ਖੁਸ਼ਬੂਦਾਰ ਗੁਦਗੁਦਾਚ ਸਰੀਰ ਉਦੋਂ ਸੋਚਦਾ ਹੁੰਦਾ ਸੀ ਇਸ ਸਰੀਰ ਨਾਲ ਕੋਈ ਬਿਸtre ਤੱਕ ਪਹੁੰਚ ਜਾਏ ਤਾਂ ਨਾਲ ਹੀ ਸਵਰਗ ਦੀਆਂ ਬਰੂਹਾਂ ਪਾਰ ਕਰ ਜਾਏ ਪਰ ਇਹ ਸਭ ਕੁਝ ਉਹ ਸੋਚਦਾ ਰਿਹਾ ਸੀ ਸੋਚਦਾ ਹੀ ਰਿਹਾ ਸੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸ਼ਹਿਰ ਨੌਕਰੀ ਕਰਦਾ ਸੀ ਤੇ ਸੇਠ ਦੀ ਨਾਨਾ ਦੀ ਲੜਕੀ ਸੁਨੀਤਾ ਨੂੰ ਉਹਦੇ ਘਰ ਪੜਾਉਣ ਜਾਇਆ ਕਰਦਾ ਸੀ ਨਵੇਕਲੀ ਬੈਠਕ 'ਚ ਸੁਨੀਤਾ ਦੀ ਉਡੀਕ 'ਚ ਉਹ ਬੈਠ ਜਾਂਦਾ ਸੁਨੀਤਾ ਅੰਦਰ ਕੀ ਆਉਂਦੀ ਜਿਵੇਂ ਖੁਸ਼ਬੂ ਦੀ ਪੁਤਲੀ ਅੰਦਰ ਆਵੜਦੀ ਹਰ ਰੋਜ਼ ਨਵਾਂ ਸੂਟ ਹਰ ਰੋਜ਼ ਨਵੇਂ ਢੰਗ ਨਾਲ ਬਣਾਏਵਾਲ ਹਰ ਰੋਜ਼ ਵਨਸਵਨੇ ਤੇਲ ਕਰੀਮ ਪਾਊਡਰ ਦੀ ਵਰਤੋਂ ਤੇ ਉਹਨੂੰ ਵੇਖ ਕੇ ਅਵਤਾਰ ਸੋਚਿਆ ਕਰਦਾ ਸੀ ਕਿ ਕੀ ਉਸ ਕੋਲ ਪੜਨ ਵਾਸਤੇ ਆਈ ਹੈ ਜਾਂ ਕਿਸੇ ਹੁਸਨ ਮੁਕਾਬਲੇ 'ਚ ਸ਼ਾਮਲ ਹੋਣ ਲਈ ਨਿੱਕੇ ਨਿੱਕੇ ਗੱਲ ਤੇ ਹੱਸ ਪੈਂਦੀ ਸੁਨੀਤਾ ਮੱਥੇ ਤੇ ਕੁੰਡਲ ਪਾਉਂਦੀ ਕਾਲੀ ਲੇਟ ਨੂੰ ਵਾਲਾਂ ਚੜਾਉਣ ਦੀ ਨਾਕਾਮ ਕੋਸ਼ਿਸ਼ ਕਰਦੀ ਸਰ ਕੇ ਅਵਤਾਰ ਦੇ ਹੋਰ ਨੇੜੇ ਹੋ ਜਾਂਦੀ ਅਵਤਾਰ ਸਿਮਟ ਜਾਂਦਾ ਦਿਲ 'ਚ ਕਈ ਕੁਝ ਸੋਚਦਾ ਪਰ ਉਹਦੀ ਸੋਚ ਉੱਤੇ ਉਹਦੇ ਪੇਸ਼ੇ ਦੀ ਸಚ್ಚਮਤਾ ਦਾ ਭਾਰ ਆ ਪੈਂਦਾ ਤੇ ਹੋਰ ਇਕੱਠਾ ਹੋ ਜਾਂਦਾ ਤੇ ਪੜਾਉਣ 'ਚ ਮਨ ਲਾ ਲੈਂਦਾ ਉਹ ਪੜਾ ਰਿਆ ਹੁੰਦਾ ਸੁਨੀਤਾ ਆਪਣੇ ਕੱਪੜਿਆਂ ਦੀ ਫਿਟਿੰਗ ਸਲਾਈ ਤੇ ਰੰਗਾਂ ਬਾਰੇ ਗੱਲਾਂ ਕਰਦੀ ਉਹ ਪੜਾ ਰਿਆ ਹੁੰਦਾ ਸੁਨੀਤਾ ਆਪਣੀ ਸਹੇਲੀਆਂ ਦੀਆਂ ਗੱਲਾਂ ਕਰਨ ਲੱਗ ਜਾਂਦੀ ਜਿਹੜੇ ਉਹਨਾਂ ਦੀ ਗਲੀ ਦੇ ਦੋ ਕੁ ਮੁੰਡੇ ਕੁੜੀਆਂ ਨੂੰ ਛੇੜਦੇ ਰਹਿੰਦੇ ਸੀ ਉਹਨਾਂ ਦੀ ਬੇਸ਼ਰਮੀ ਬਾਰੇ ਅਵਤਾਰ ਨੂੰ ਦੱਸਣ ਲੱਗਦੀ ਉਹ ਪੜਾ ਰਿਆ ਹੁੰਦਾ ਸੁਨੀਤਾ ਆਪਣੀ ਭੈਣ ਤੇ ਜੀਜੇ ਦੀਆਂ ਗੱਲਾਂ ਲੈ ਬੈਠਦੀ ਭੈਣ ਤੇ ਜੀਜਾ ਜਿਨ੍ਹਾਂ ਨੇ ਪ੍ਰੇਮ ਵਿਆਹ ਕੀਤਾ ਸੀ ਤੇ ਅੱਜਕੱਲ ਹਨੀਮੂਨ ਮਨਾਉਣ ਲਈ ਆਗਰੇਵਲ ਗਏ ਹੋਏ ਸੀ ਉਹ ਭੈਣ ਤੇ ਜੀਜੇ ਦੇ ਪਿਆਰ ਦੀਆਂ ਗੱਲਾਂ ਇਸ ਤਰ੍ਹਾਂ ਸਵਾਦ ਲੈ ਲੈ ਕਰਦੀ ਜਿਵੇਂ ਖੰਡ ਦੀਆਂ ਕੁੜਕ ਦੀਆਂ ਰਿਓੜੀਆਂ ਚਬ ਰਹੀ ਹੋਵੇ ਤੇ ਗੱਲਾਂ ਹੀ ਗੱਲਾਂ ਚੋਂ ਅਵਤਾਰ ਦੇ ਹੋਰ ਨੇੜੇ ਹੋ ਜਾਂਦੀ ਇੰਨੇ ਨੇੜੇ ਕਿ ਸੁਨੀਤਾ ਦੇ ਸਾਹਾਂ ਦੀ ਆਵਾਜ਼ ਉਹਨੂੰ ਸੁਣਾਈ ਦੇਣ ਲੱਗਦੀ ਉਹਦਾ ਗੁੱਦਗੁਦਾ ਸਰੀਰ ਅਵਤਾਰ ਦੇ ਨਾਲ ਛੋਣ ਲੱਗਦਾ ਤੇ ਅਵਤਾਰ ਹੋਰ ਸਿਮਟ ਜਾਂਦਾ ਸੁਨੀਤਾ ਦਾ ਘਗਰੇ ਵਰਗਾ ਖੁੱਲਾ ਸੁਭਾਅ ਜਦੋਂ ਚਾਹੀ ਪੈਨ ਸਕਦਾ ਅਵਤਾਰ ਸੋਚਦਾ ਫਿਰ ਉਹਦੇ ਅੰਦਰ ਦਾ ਆਦਰਸ਼ ਉਹਨੂੰ ਸਮਝਾਉਣ ਲੱਗ ਪੈਂਦਾ ਇੱਕ ਅਧਿਆਪਕ ਹੋ ਕੇ ਕੌਮ ਦਾ ਚਾਲ ਚੱਲਨ ਬਣਾਉਣ ਵਾਲਾ ਹੋ ਕੇ ਇੰਨਾ ਨਹੀਂ ਵਾ ਸੋਚਣਾ ਤੇ ਉਹ ਬੋਲੀ ਜਾਂਦਾ ਬੋਲੀ ਜਾਂਦਾ ਹੱਥ ਹਿਲਾਏ ਜਾਂਦਾ ਬੋਲੀ ਜਾਂਦਾ ਸੁਨੀਤਾ ਖਿੜਖਿੜ ਹੱਸਦੀ ਉਹਦੇ ਮੂੰਹ ਹਾਲ ਤੱਕ ਦੇ ਜਾਂਦੀ ਤੇ ਮੋੜ ਉਹਦੇ ਹੱਥੋਂ ਕਿਤਾਬ ਖਿੱਚ ਲੈਂਦੀ ਛੱਡੋ ਮਾਸਟਰ ਜੀ ਹੁਣ ਕੋਈ ਹੋਰ ਗੱਲ ਸੁਣਾਓ ਦੇਵਤਾਰ ਜ਼ਮਾਨੇ ਦੀ ਵਿਗੜ ਰਹੀ ਦਸ਼ਾ ਬਾਰੇ ਗੱਲਾਂ ਕਰਨ ਲੱਗ ਜਾਂਦਾ ਜ਼ਮਾਨੇ ਚ ਉੱਡਦੀ ਜਾ ਰਹੀ ਸ਼ਰਮ ਹਿਆ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲੱਗ ਪੈਂਦਾ ਚੰਗੇ ਚਲਨ ਦੀ ਮਹਾਨਤਾ ਦਰਸਾਉਣ ਲੱਗ ਪੈਂਦਾ ਸੁਨੀਤਾ ਸੁਣਦੀ ਸੁਣਦੀ ਜਿਵੇਂ ਉਂਗਲਾ ਹੋਣ ਲੱਗ ਜਾਂਦੇ ਘੜੀ ਘੜੀ ਮੂੰਹ ਤੇ ਹੱਥ ਰੱਖ ਕੇ ਵਾਸੀਆਂ ਲੈਂਦੀ ਆਪਣਾ ਲੈਕਚਰ ਖਤਮ ਕਰਦਾ ਤੇ ਘੜੀ ਵੇਖ ਕੇ ਉੱਠਣ ਦੀ ਕਰਦਾ ਹਾਂ ਤੇ ਇਸ ਤਰ੍ਹਾਂ ਦਾ ਹੀ ਉਹ ਦਿਨ ਸੀ ਬੱਦਲਾਂ ਵਾਲਾ ਦਿਨ ਕਿਣਮੇਣ ਵਾਲਾ ਦਿਨ ਸਵੇਰ ਤੋਂ ਆਕਾਸ਼ ਤੇ ਬੱਦਲ ਛਾਏ ਸਨ ਹੱਥ 'ਚ ਛਤਰੀ ਲੈ ਕੇ ਓਵਰ ਕੋਟ ਪਹਿਨੀ ਉਸਨੀਤਾ ਹੋਰਾਂ ਦੀ ਬੈਠਕ 'ਚ ਜਾ ਵੜਿਆ। ਸੁਨੀਤਾ ਪਹਿਲਾਂ ਹੀ ਤਿਆਰ ਹੋ ਕੇ ਬੈਠੀ ਸੀ ਕਿਸੇ ਫਿਲਮੀ ਮਾਸਕ ਪੱਤਰ ਦੀਆਂ ਤਸਵੀਰਾਂ ਉੱਤੇ ਨਜ਼ਰਾਂ ਗੱਡੀ ਹੋਈ ਸੀ। ਅਵਤਾਰ ਦੇ ਅੰਦਰ ਪਹੁੰਚ ਕੇ ਛਤਰੀ ਇਕੱਠੀ ਕਰਕੇ ਇੱਕ ਨੁਕਰ 'ਚ ਧਰਤੀ ਓ ਕੁਰਸੀ ਵੱਲ ਵਧਿਆ। ਅੱਜ ਮੈਂ ਬੜੇ ਚਿਰ ਤੋਂ ਤੁਹਾਡੀ ਵੇਟ ਕਰ ਰਹੀ ਹਾਂ। ਸੁਨੀਤਾ ਨੇ ਬੇਝਿਜਕ ਬਾਹਾਂ-ਤਾਂ ਖੜੀਆਂ ਕਰਕੇ ਅੰਗੜਾਈ ਭਨੇ। ਅਵਤਾਰ ਵਿੱਚ ਦੇ ਅਧਿਆਪਕ ਨੇ ਉਹਦਾ ਸਿਰ ਫੜ ਕੇ ਸੁਨੀਤਾ ਦੀ ਉਭਾਰਾਂ ਤੇ ਟਿਕੀਆਂ ਗੁਸਤਾਖ ਨਜ਼ਰਾਂ ਨੂੰ ਨੀਵੇਂ ਆ ਕਰ ਦਿੱਤਾ ਬਸ ਇਹ بارش ਵਗੈਰਾ ਕਰਕੇ देर ਹੋ ਗਈ ਅਵਤਾਰ ਕੁਰਸੀ ਤੇ ਨਿੱਠ ਕੇ ਬੈਠ ਗਿਆ ਮੈਨੂੰ ਤਾਂ ਸੱਚੀ ਤੁਹਾਡੇ ਤੇ ਖਿਝਾਉਣ ਲੱਗ ਪਈ ਸੀ ਕੱਲੀ ਨੂੰ ਘਰ ਵੱਡ-ਵੱਡ ਖਾਣ ਨੂੰ ਕਰਦਾ ਸੀ ਡੈਡੀ ਦਫਤਰ ਨੇ ਤੇ ਮੰਮੀ ਪੇਕਿਆਂ ਦੇ ਗਈ ਹੈ ਕੱਲ ਦੀ ਛੋਟੇ ਬਿੱਟੇ ਨੂੰ ਲੈ ਕੇ ਸੁਨੀਤਾ ਮੁਸਕਰਾਉਂਦੀ ਬੋਲ ਰਹੀ ਸੀ ਹਰ ਬੋਲ ਤੇ ਨੈਣਾ ਨੂੰ ਮਟਕਾਉਂਦੀ ਅਵਤਾਰ ਨੇ ਤੱਕਿਆ ਕਜਲੇ ਦੀ ਧਾਰੀ ਅੱਗੇ ਨਾਲ ਉਹਦੇਰੇ ਲੰਮੀ ਖਿੱਚੀ ਸੀ ਕਪੜਿਆਂ ਦੀ ਚੋਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਸੀ ਅਵਤਾਰ ਨੇ ਸੋਚਿਆ ਜੀ ਕੁਝ ਦਿਨ ਹੀ ਹੋਏ ਸੁਨੀਤਾ ਨੇ ਉਹਨੂੰ ਪੁੱਛਿਆ ਸੀ ਭਲਾ ਤੁਹਾਨੂੰ ਕਿਹੜਾ ਕਲਰ ਸਭ ਤੋਂ ਜ਼ਿਆਦਾ ਪਸੰਦ ਹੈ ਤੇ ਅੱਜ ਉਹ ਉਸੇ ਰੰਗ ਦਾ ਸੂਟ ਉਹਦੀ ਪਸੰਦ ਦਾ ਸੂਟ ਉਹਨੇ ਪਹਿਨ ਰੱਖਿਆ ਸੀ ਬਾਹਰ ਮੀਂਹ ਤੇਜ਼ ਹੋ ਰਿਹਾ ਸੀ ਬੱਦਲਾਂ ਦਾ ਹਨੇਰਾ ਸੰਘਣਾ ਹੁੰਦਾ ਜਾ ਰਿਹਾ ਸੀ ਅਵਤਾਰ ਨੇ ਅੰਗਰੇਜ਼ੀ ਦੀਆਂ ਕਵਿਤਾਵਾਂ ਦੀ ਪੁਸਤਕ ਮੇਜ਼ ਤੋਂ ਫੜ ਲਈ ਅੱਜ ਉਹਨੇ ਕੀਟਸ ਪੜਾਉਣਾ ਸੀ ਕਵਿਤਾ ਪੜਾਉਂਦੇ ਨੂੰ ਸੁਨੀਤਾ ਨੇ ਟੋਕਤਾ ਅੱਛਾ ਇੱਕ ਗੱਲ ਦੱਸੋ ਮਾਸਟਰ ਜੀ ਅਵਤਾਰ ਉਹਦੇ ਮੂੰਹ ਹਲ ਵੇਖਣ ਲੱਗ ਪਏ ਤੁਸੀਂ ਕੀਟਸ ਦੀ ਬੇਲਵਡ ਬਾਰੇ ਕਿਹਦਾ ਸੋਚਦੇ ਹੋ ਇਹ ਭਲੰਕੀ ਸਵਾਲ ਸੀ ਅਵਤਾਰ ਮਨੀ ਮਨ ਚ ਮੁਸਕਰਾਇਆ ਮੈਂ ਤਾਂ ਜਈ ਔਰਤ ਨੂੰ ਦਿਲੋਂ ਹੇਟ ਕਰਨੀ ਆ ਇੱਕ ਪਾਸੇ ਕੋਈ ਵਿਚਾਰਾ ਉਸ ਲਈ ਤਬ ਤੱਕ ਨਾਲ ਮਰ ਰਿਹਾ ਹੋਵੇ ਤੇ ਦੂਜੇ ਪਾਸੇ ਕਿਸੇ ਨੂੰ ਕੋਈ ਪਰਵਾਹ ਹੀ ਨਾ ਹੋਵੇ ਅਵਤਾਰ ਡੋਰਪੋਰ ਜੇ ਉਸ ਵੱਲ ਤੱਕ ਹੀ ਜਾ ਰਿਹਾ ਸੀ ਕਿ ਸੁਨੀਤਾ ਨੇ ਉਹਦੇ ਹੱਥੋਂ ਕਿਤਾਬ ਖੋ ਕੇ ਮੇਜ਼ ਤੇ ਰੱਖਤੀ ਅੱਜ ਪੜਨਾ ਨਹੀਂ ਬਸ ਕੋਈ ਮਿੱਠੀ ਜਿਹੀ ਬੜੀ ਮਿੱਠੀ ਜੀ ਗੱਲ ਸੁਣਾਓ ਸਵਾਦ ਆ ਜਾਏ ਸਵਾਦੀ ਹਾਂ ਸਵਾਦੀ ਬਸ ਤੁਹਾਡੇ ਵਰਗੀ ਸਵਾਦੀ ਉਹ ਅੱਖਾਂ ਹੀ ਅੱਖਾਂ 'ਚ ਮੁਸਕਰਾਈ ਉਹ ਕਿਹੋ ਜਿਹੀ ਅੱਜ ਗੱਲਾਂ ਕਰ ਰਹੀ ਸੀ ਅਵਤਾਰ ਉਸ ਵੱਲ ਤੱਕ ਹੀ ਜਾ ਰਿਹਾ ਸੀ ਅੱਜ ਪਾੜਾ ਕਿਧਰੋਂ ਆਪਣੇ ਨਾਲ ਲੈ ਆਏ ਹੋ ਬੜੀ ਠੰਡ ਹੈ ਕਿਉਂ ਹੈ ਨਾ ਉਹ ਦੋਵੇਂ ਵਾਹਾਂ ਛਾਤੀਆਂ ਉੱਪਰ ਘੁੱਟ ਲਈਆਂ ਹਾਂ ਹਾਂ ਠੰਡ ਤਾਂ ਹੈ ਹੀ ਅੰਤਰੀ ਹਵਾ ਵੀ ਕਿਵੇਂ ਵਗਦੀ ਪਈ ਹੈ ਠੰਡੀ ਠਾਰ ਜਿਵੇਂ ਕਿਤੇ ਗੜੇ ਪਏ ਹੋਣ ਉਸ ਨੇ ਉੱਠ ਕੇ ਬਾਰੀਆਂ ਢੋਕੇ ਚਿਟਕਣੀਆਂ ਲਾਤੀਆਂ ਕਮਰੇ 'ਚ ਹਨੇਰਾ ਹੋ ਗਿਆ ਨਿਮੇ ਨਿਮੇ ਇੱਕ ਸੁਮੈਲੇ ਚਾਨਣ ਚਵਤਾਰ ਨੇ ਉਹਨੂੰ ਵੇਖਿਆ ਤੇ ਉਹਨੂੰ ਬਿਸਤਰੇ ਤੇ ਸਵਰਗ ਦਾ ਖਿਆਲ ਆਇਆ ਪਰ ਉਹਦੀ ਅਕਲ ਨੇ ਉਹਨੂੰ ਹਲੂਣਿਆ ਬਾਹਰ ਕਣੀਆਂ ਤੇਜ਼ ਹੋਰ ਤੇਜ਼ ਹੋ ਰਹੀਆਂ ਸੀ ਮੈਂ ਮਰ ਗਈ ਠੰਡ ਨਾਲ ਤਾਂ ਸਰੀਰ ਨੂੰ ਆਕੜ ਚੜਦੀ ਜਾਂਦੀ ਹੈ ਕੌਣ ਦੂਸਰੇ ਕਮਰੇ ਚ ਜਾਵੇ ਤੇ ਗਰਮ ਸ਼ਾਲ ਲਿਆਵੇ ਫਿਰ ਸੁਨੀਤਾ ਨੇ ਅਵਤਾਰ ਦੇ ਹੱਥਾਂ ਨੂੰ ਆਪਣੇ ਹੱਥਾਂ ਚ ਲੈ ਕੇ ਭੁੱਲੇ ਜੀ ਖੁੱਟ ਲਿਆ ਤੁਹਾਡੇ ਹੱਥ ਕਿੰਨੇ ਲੱਗੇ ਅਵਤਾਰ ਜੀ ਬਾਹਰ ਮੀਂਹ ਤੇ ਜ਼ੋਰਦਾਰ ਛੜਾ ਕੇ ਪੈਣ ਲੱਗੇ ਹਨੇਰਾ ਜਿਵੇਂ ਹੋਰ ਵੱਧ ਗਿਆ ਤੁਹਾਡਾ ਕੋਟ ਕਿੱਡਾ ਸਾਰਾ ਖੁੱਲਾ ਹੈ ਜਿਵੇਂ ਦੋ ਜਣੇ ਪਾ ਲੈਣ ਅਵਤਾਰ ਨੂੰ ਲੱਗਾ ਜਿਵੇਂ ਉਹ ਬਰਫੀਲੀ ਤਿਲਕ ਵੀ ਪਹਾੜੀ ਤੇ ਤੁਰ ਰਿਹਾ ਸੀ ਉਹ ਕਦਮ ਟਿਕਾ ਟਿਕਾ ਕੇ ਤਰ ਰਿਹਾ ਸੀ ਮਾਸਟਰ ਜੀ ਤੋਂ ਅਵਤਾਰ ਜੀ ਤੱਕ ਵੱਜਦੇ ਤੇਜ਼ ਹਵਾ ਦੇ ਬੁੱਲੇ ਉਹਦੇ ਕਦਮਾਂ ਨੂੰ ਡੇਗਣ ਦੀ ਕੋਸ਼ਿਸ਼ 'ਚ ਸੀ ਪਰ ਉਹ ਸੰਭਲ ਰਿਹਾ ਸੀ ਠੰਡ ਹੈ ਤਾਂ ਸਹੀ ਪਰ ਇੰਨੀ ਵੀ ਕਿੱਥੇ ਹੈ ਜਿੰਨੀ ਤੂੰ ਮਹਿਸੂਸ ਕਰਦੀ ਹੈ ਤੇ ਉਸ ਓਵਰ ਕੋਟ ਉਤਾਰ ਕੇ ਸੁਨੀਤਾ ਨੂੰ ਫੜਾਇਆ ਲੈ ਤੂੰ ਇਹਨੂੰ ਉੱਪਰ ਲੈ ਲਾ ਮੇਰੇ ਗੱਲ ਜਰਸੀ ਹੈ ਤੇ ਆਪ ਉਹ ਕੁਰਸੀ ਦਰਵਾਜ਼ੇ 'ਚ ਖਿੱਚ ਕੇ ਬੈਠ ਗਿਆ ਤੇ ਹੌਲੀ-ਹੌਲੀ ਜ਼ੋਰ ਹੀ ਪੈਂਦਾ ਮੀਂਹ ਥੰਮ ਗਿਆ ਅਵਤਾਰ ਵਾਪਸ ਘਰ ਪਰਤਿਆ ਅਗਲੇ ਦਿਨ ਸੁਨੀਤਾ ਦੇ ਪਿਤਾ ਨੇ ਉਹਨੂੰ ਬਾਜ਼ਾਰ ਚ ਹੀ ਕਹਿਤਾ ਮਾਸਟਰ ਜੀ ਗੁੱਡੀ ਕਹਿੰਦੀ ਹੈ ਕਿ ਮੈਂ ਟਿਊਸ਼ਨ ਤੇ ਪੜਨਾ ਨਹੀਂ ਮੈਨੂੰ ਤਾਂ ਤੁਹਾਡੀ ਲਿਆਕਤ ਤੇ ਕੋਈ ਸ਼ੰਕਾ ਨਹੀਂ ਪਰ ਉਹ ਨਿਆਣੀ ਹੈ ਐਵੇਂ ਕਮਲੀ ਜੀ ਸਵੇਰੇ ਕਹੀ ਜਾਵੇ ਪਾਪਾ ਜੀ ਕਵਤਾ ਕੋਈ ਪੜ੍ਹਾਈ ਤਦ ਸਕਦਾ ਜਦੋਂ ਲਿਖਣ ਵਾਲੇ ਕਵੀ ਜਿੰਨਾ ਡੀਪ ਜਾਵੇ ਮਾਸਟਰ ਜੀ ਤਾਂ ਤੇ ਫਿਰ ਦਿਨਾਨਾਥ ਨੇ ਉਹਨੂੰ ਕਿਹਾ ਤੁਸੀਂ ਹਿਸਾਬ ਕਰਕੇ ਦੱਸ ਦੇਣਾ ਜਿੰਨੇ ਤੁਹਾਡੇ ਪੈਸੇ ਬਣਦੇ ਹੋਏ ਭਜਵਾ ਦੇ ਆਗੇ ਤੇ ਅੱਜ ਵੀ ਬੱਦਲਾਂ ਵਾਲਾ ਦਿਨ ਕਿਣਮੇਣ ਵਾਲਾ ਦਿਨ ਅਵਤਾਰ ਮਹਿਸੂਸ ਕਰਦਾ ਹੈ ਉਹਨੂੰ ਬੁਖਾਰ ਹੋ ਜਾਏਗਾ ਸੁਨੀਤਾ ਬਾਰੇ ਸੋਚਦੇ ਆ ਉਹਨੂੰ ਆਪਣੇ ਆਪ ਤੇ ਡਾਡੀ ਸ਼ਰਮਾਈ ਹੈ ਉਹਦਾ ਜੀ ਕਰਦਾ ਆਪਣੇ ਹੱਥਾਂ ਨੂੰ ਦੰਦੀਆਂ ਵੱਢ ਖਾਵੇ ਫਿਰ ਉਹ ਸੁਨੀਤਾ ਨੂੰ ਛੱਡ ਕੇ ਸ਼ਮਿੰਦਰ ਬਾਰੇ ਸੋਚਣ ਲੱਗ ਪਿਆ ਸ਼ਮਿੰਦਰ ਸੁਨੀਤਾ ਵਾਂਗ ਖੁੱਲੇ ਡੁੱਲੇ ਸੁਭਾਅ ਦੀ ਨਹੀਂ ਫਿਰ ਵੀ ਉਹਦਾ ਮਿੱਠਾ ਮਿੱਠਾ ਪ੍ਰਭਾਵ ਅਪਤਾਰ ਨੂੰ ਲਤਾੜੀ ਜਾਂਦਾ ਕਿੰਨਾ ਚਿਰ ਉਹ ਸ਼ਮਿੰਦਰ ਨੂੰ ਢੀਕਦਾ ਰਿਹਾ ਸੀ ਸ਼ਮਿੰਦਰ ਆਈ ਨਹੀਂ ਸੀ ਤੇ ਹੁਣ ਉਹ ਨਿਰਾਸ਼ ਹੋ ਕੇ लेट ਗਿਆ ਸ਼ਮਿੰਦਰ ਆ ਗਈ ਹੈ ਕਾਲੇ ਰੰਗ ਦੀ ਚੁੰਨੀ ਉਹਨੇ ਸਿਰ ਤੇ ਲਈ ਹੋਈ ਹੈ ਉਕਾੜੀ ਕਟਵਾਉਂਗੀ ਤਣੀ ਹੋਈ ਹੈ ਭਾਜੀ ਅੱਜ ਬਿਸਤਰੇ 'ਚ ਹੀ ਇਸ ਵੇਲੇ ਤਾਈ ਉਹ ਮੁਸਕੁਰਾ ਕੇ ਹੱਥ ਜੋੜਦੀ ਹੋਈ ਸასიਖਾਲ ਕਹਿੰਦੀ ਹੈ ਸ਼ਮਿੰਦਰ ਨੂੰ ਵਹਿਨੀਆ ਹੈ ਅਵਤਾਰ ਦੇ ਸਰੀਰ ਅੰਦਰ ਜਿਵੇਂ ਬਿਜਲੀ ਦੌੜ ਗਈ ਹੈ ਉੱਠ ਕੇ ਬੈਠ ਗਿਆ ਸਰੀਰ ਕੁਝ ਵੱਲ ਨਹੀਂ ਅੱਜ ਅੱਛਾ ਦਵਾਈ ਮੰਗਵਾਉਣੀ ਸੀ ਡਾਕਟਰ ਤੋਂ ਸਿਹਤ ਦਾ ਖਿਆਲ ਰੱਖਣਾ ਤਾਂ ਬੜਾ ਜ਼ਰੂਰੀ ਹੈ ਕੁੜੀ ਦਾ ਮੂੰਹ ਚਿੰਤਾ ਚਫ ਸੋਸਿਆ ਜਾਂਦਾ ਹੈ ਉਹ ਕਿਤਾਬਾਂ ਮੇਜ਼ ਤੇ ਰੱਖਦੀ ਹੈ ਠੰਡ ਜੀ ਬੜੀ ਹੈ ਚਾਹ ਬਣਾ ਕੇ ਪੀਣਾ ਚਾਹੁੰਦਾ ਸੀ ਪਰ ਫੇਰ ਉਹ ਜਾਣ ਬੁਝ ਕੇ ਗੱਲ ਵਿੱਚ ਹੀ ਛੱਡ ਦਿੰਦਾ। ਲਓ ਚਾਹ ਤਾਂ ਮੈਂ 7 ਵਾਰੀ ਬਣਾ ਦਿੰਨੀ ਆ ਕਹਿ ਕੇ ਸ਼ਮਿੰਦਰ ਸਟੋਵ ਵੱਲ ਵੱਧਦੀ ਹੈ। ਨਹੀਂ ਨਹੀਂ ਹੁਣ ਤੂੰ ਆ ਗਈ ਹੈ ਤਾਂ ਚਾਹ ਦੀ ਕੀ ਲੋੜ ਹੈ। ਆ ਬੈਠ ਜਾ। ਅਵਤਾਰ ਨੀਮ ਸ਼ਰਾਬੀ ਜਿਹਾ ਲੱਗਦਾ ਹੈ। ਉਹਦੀ ਗੱਲ ਸੁਣ ਕੇ ਸ਼ਮਿੰਦਰ ਉਹਦੇ ਚਿਹਰੇ ਵੱਲ ਡੂੰਘੀ ਨਜ਼ਰ ਨਾਲ ਤੱਕਦੀ ਉਹਦੇ ਨੇੜੇ ਹੁੰਦੀ ਹੈ। ਸਿਰ ਪੀ ਡਾਢੀ ਹੁੰਦੀ ਹੈ ਕਹਿ ਕੇ ਉਹ ਲੇਟ ਜਾਂਦਾ। ਉਹਦਾ ਮਨ ਧੜਕ ਰਿਹਾ। ਲਿਆਓ ਮੈਂ ਸਿਰ ਘੁੱਟ ਦਿਆਂ। ਸ਼ਮਿੰਦਰ ਉਹਦਾ ਸਿਰ ਘੁੱਟਣ ਲੱਗਦੀ ਹੈ ਕੰਬਦੇ ਹੱਥਾਂ ਨਾਲ ਉਤਾਰ ਉਹਦੇ ਕੋਮਲ ਹੱਥਾਂ ਨੂੰ ਮੱਥੇ ਤੇ ਘੁੱਟ ਲੈਂਦਾ ਹੈ ਸ਼ਮਿੰਦਰ ਦਾ ਸਾਰੇ ਦਾ ਸਾਰਾ ਸਰੀਰ थरथरा ਜਾਂਦਾ ਹੈ ਦੂਜੇ ਪੱਲੂ ਦੀਆਂ ਕੋਲੀਆਂ ਲੰਮੀਆਂ ਉਂਗਲਾਂ ਨੂੰ ਉਤਾਰ ਆਪਣੇ ਹੋਠਾਂ ਤੇ ਰੱਖ ਕੇ ਚੁੰਮਣ ਲੈਂਦਾ ਹੈ ਸ਼ਮਿੰਦਰ ਇੱਕ ਝਟਕੇ ਨਾਲ ਉਹਦੇ ਹੱਥੋਂ ਆਪਣਾ ਹੱਥ ਖਿੱਚ ਲੈਂਦੀ ਹੈ ਫਿਰ ਆਪਣੀ ਚੁੰਨੀ ਨਾਲ ਚੁੰਮੇ ਹੋਏ ਹੱਥਾਂ ਨੂੰ ਰਗੜ ਕੇ ਪਹੁੰਚਦੀ ਹੈ ਜਿਵੇਂ ਉਸ ਥਾਂ ਤੇ ਕੋਈ ਸੱਪ ਲੜ ਗਿਆ ਹੋਵੇ ਤੇ ਉਹਦਾ ਜ਼ਹਿਰ ਅੰਦਰ ਨਾ ਜਾਣ ਦੇਣਾ ਚਾਹੁੰਦੀ ਹੋਵੇ ਅਵਤਾਰ ਉੱਠ ਕੇ ਬੈਠ ਜਾਂਦਾ ਹੈ ਸ਼ਮਿੰਦਰ ਦੇ ਚਿਹਰੇ ਤੋਂ ਆਪਣੇ ਕਰਮ ਦਾ ਪ੍ਰਤੀਕਰਮ ਜਾਣਨਾ ਚਾਹੁੰਦਾ ਹੈ ਸ਼ਮਿੰਦਰ ਦੇ ਚਿਹਰੇ ਤੇ ਡਰ ਦੇ ਚਿੰਨ ਸਪਸ਼ਟ ਦਿਖਾਈ ਦੇ ਰਹੇ ਹੈ ਜਿਨ੍ਹਾਂ 'ਚ ਕਿਰਨਾਂ ਦੀ ਭਾਵ ਵੀ ਪ੍ਰਤੱਖ ਹੈ ਤੁਸੀਂ ਮੇਰੇ ਮਾਸਟਰ ਹੋ ਨਾ ਉਹਦੇ ਇੱਕ ਸਵਾਲ ਨੇ ਜਿਵੇਂ ਹਜ਼ਾਰਾਂ ਸੂਏ ਅਵਤਾਰ ਦੀ ਸੋਚ ਵਿੱਚ ਚੋਬ ਦਿੱਤੇ ਹੋ ਹੂੰ ਅਵਤਾਰ ਦੀ ਜਿਵੇਂ ਸੁਰਤ ਉੱਡਦੀ ਜਾ ਰਹੀ ਹੈ ਉਹਦੇ ਚਿਹਰੇ ਦਾ ਰੰਗ ਪੀਲਾ ਪੈਂਦਾ ਜਾ ਰਿਹਾ ਹੈ ਇਹ ਫਿਰ ਮਾਸਟਰਾਂ ਵਾਲਾ ਕੰਮ ਕਰਨ ਲੱਗੇ ਹੋ ਸ਼ਵਿੰਦਰ ਆਪੇ ਹੀ ਪਰੀਪੀਤੀ ਚੁੱਪ ਕਰ ਜਾਂਦੀ ਹੈ ਠੰਡ ਵਿੱਚ ਵੀ ਅਵਤਾਰ ਨੂੰ ਲੱਗਦਾ ਜਿਵੇਂ ਉਹ ਮੁੜਕੋ ਮੁੜਕੀ ਹੋ ਗਿਆ ਹੈ ਉਹਦੇ ਹੇਠਾਂ ਜ਼ਮੀਨ ਘੁੰਮ ਰਹੀ ਹੈ ਉਹ ਧਰਤੀ ਤੇ ਮੁੱਦੇ ਮੂੰਹ ਡਿੱਗ ਪਿਆ ਧੰਨਵਾਦ